بسم اللہ الرحمن الرحیم السلام علیکم جی 5th সেমিস্টার ਅੱਜ ਅਸੀਂ ਜਦੀਤ ਸ਼ਾਇਰੀ ਦੇ ਬਾਰੇ ਵਿੱਚ ਪੜਾਂਗੇ ਤੇ ਜਦੀਤ ਸ਼ਾਇਰੀ ਬਾਰੇ ਤੁਸੀਂ ਜਾਣਦੇ ਹੋ ਕਿ ਐਸਐਚਸੀ ਨਜ਼ਮ ਤੇ ਗ਼ਜ਼ਲ ਬਾਰੇ ਪੜਾਂਗੇ ਨਜ਼ਮ ਅਸੀਂ ਪਹਿਲੇ ਵੀ ਪੜ ਚੁੱਕੇ ਹਾਂ ਔਰ ਗ਼ਜ਼ਲ ਨੂੰ ਵੀ ਅਸੀਂ ਪਹਿਲੇ ਪੜ ਚੁੱਕੇ ਹਾਂ ਕਿ ਇਹਦੇ ਵਿੱਚ ਇਹਦਾ ਕਿਵੇਂ ਇਹਨੂੰ ਇਸਤੇਮਾਲ ਕਰੀਦਾ ਹੈ ਇਹਨੂੰ ਇਹਦੇ ਵਿੱਚ ਕਿਵੇਂ ਲਿਖੀਦਾ ਵੇ ਅੱਜ ਅਸੀਂ ਜਿਸ ਸ਼ਾਇਰ ਬਾਰੇ ਗੱਲ ਕਰਾਂਗੇ ਉਹਦਾ ਨਾਮ ਹੈ ਵੇ ਅਲੀ अली मोहम्मद मलूक जी अली मोहम्मद मलूक जड़े हैं पहचान है शायर ने अली मोहम्मद मलूक ना अली मोहम्मद तखलुस उन्नीस सौ पैंतीन अमृतसर जनाब नवाबदीन दे घर पैदा मुडली तलीम अपने महल्ले स्कूल तो हासिल की क्यामे पाकिस्तान वेले सत्तवी जमात दे तालिब इम सन उन्नीस सौ संताली

ਵਲਵੀ ਆ ਗਏ ਗਜ਼ਲ ਉਹਨਾਂ ਦੇ فن ਤੇ ਫਿਕਰ ਦੀ ਖਾਸ ਪਹਿਚਾਨ ਬਣੀ ਮਲੂਕ ਹੋਰਾਂ ਦਾ ਪਹਿਲਾ ਕਲਾਮ ਮੋਰ ਮਚਲਦੀਆਂ ਸੋਚਾਂ ਨੇ ਜਿਹੜਾ 1984 ਦੇ ਵਿੱਚ ਛਾਪੇ ਚੜਿਆ ਜਿਸ ਨੂੰ ਰਾਈਟਰ ਗਿਲਡਸ ਵੱਲੋਂ ਇਨਾਮ ਵੀ ਦਿੱਤਾ ਗਿਆ ਅਗਸਟ 1994 ਨੂੰ ਦੂਜਾ ਮجموعਾ ਸਾਡੇ ਸਾਹਮਣੇ ਆਂਦਾ ਹੈ ਉਹਦਾ ਨਾਮ ਹੈ ਸਾਵਾ ਦਰਦ ਸਮੁੰਦਰ ਪੀਤਾ ਉਹ ਬੁਰੇ ਵਾਲਾ ਦੇ ਇਲਮੀ ਤੇ ਅਦਬੀ ਤਨਜ਼ੀਮ ਲਾਲਾ ਅਕੈਡਮੀ ਦੇ بنیادی ਰੁਕਨ ਵੀ ਸਨ ਮੋਰ ਮਚਲਦੀਆਂ ਸੋਚਾਂ ਵਿੱਚ ਮਜ਼ਾਫਤ ਮਜ਼ਾਫਤ ਦੀ ਤਾਜ਼ਗੀ ਸادਗੀ ਤੇ ਹੁਸਨ ਸ਼ਾਮਿਲ ਹੈ ਇਸ ਮجموعੇ ਵਿੱਚ ਉਹਨਾਂ ਨੇ ਆਪਣੇ ਆਲੇ ਦੁਆਲੇ ਬੋਲੀ ਜਾਣ ਵਾਲੀ ਜ਼ੁਬਾਨ ਵਰਤੀ ਹੈ ਜਿਹੜੀ ਜਮਾਲੀ ਆਤੀ ਹਵਾਲਿਆਂ ਨਾਲ ਫਨ ਦੇ ਕਮਾਲ ਨੂੰ ਚੁੰਦੀ ਹੋਈ ਮਹਿਸੂਸ ਹੁੰਦੀ ਹੈ ਜਿਸ ਪਰੋ ਮੁਹੰਮਦ ਅਲੀ ਮਲੂਕ ਪੰਜਾਬੀ ਦੀ ਨਵੀਂ ਗਜ਼ਲ ਵਿੱਚ ਆਪਣੇ ਹੀ ਮਜਮੂਏ ਨਾਲ ਇੱਕ ਮੋਤਬਰ ਨਾਂ ਬਣ ਕੇ ਸਮ ਸਾਹਮਣੇ ਆਉਂਦੇ ਨੇ ਚੌਦਾਂ ਜਨਵਰੀ ਦੋ ਹਜ਼ਾਰ ਨੂੰ ਉਹ ਅੱਲਾ ਨੂੰ ਪਿਆਰੇ ਹੋ ਗਏ ਜੀ ਗਜ਼ਲ ਦੇ ਹਵਾਲੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਗਜ਼ਲ ਹੋਵੇ ਤਾਂ ਭਾਵੇਂ ਨਜ਼ਮ ਸ਼ਾਇਰ ਇਹਦੇ ਵਿੱਚ ਆਪਣੇ ਖਿਆਲਾਤ ਦਾ ਇਜ਼ਹਾਰ ਹੀ ਨਹੀਂ ਕਰ ਰਿਹਾ ਹੁੰਦਾ ਬਲਕਿ ਮਾਸ਼ਰੇ ਦੇ ਕੋਝ ਨੂੰ ਵੀ ਬਿਆਨ ਕਰ ਰਿਹਾ ਹੁੰਦਾ ਮਾਸ਼ਰੇ ਦੀ ਬਦਸੂਰਤੀ ਨੂੰ ਵੀ ਬਿਆਨ ਕਰ ਰਿਹਾ ਹੁੰਦਾ ਵੇ ਸ਼ਾਇਰ ਆਪਣੇ ਅਹਿਦ ਦਾ ਨੁਮਾਇੰਦਾ ਅਤੇ ਆਪਣੇ ਸਮਾਜ ਦਾ ਨਕੀਬ ਹੁੰਦਾ ਵੇ ਉਦੀ ਸ਼ਾਇਰੀ ਉਹਨਾਂ ਹੀ ਤਜਰਬਿਆਂ ਤੇ ਮੁਸ਼ਾਹਦਿਆਂ ਦੀ ਆਕਾਸੀ ਕਰਦੀ ਏ ਜਿਹੜੇ ਉਹਦੇ ਤੇ ਦਿਨ ਰਾਤ ਵਾਪਰਦੇ ਰਹਿੰਦੇ ਨੇ ਇਸ ਹਵਾਲੇ ਨਾਲ ਅੱਜ ਦਾ ਹਸਾਸ ਫਨਕਾਰ ਜਦੋਂ ਕੱਚੀ ਮਿੱਟੀ ਦੀ ਕੰਨ ਤੇ ਸਿਮਿੰਟ ਦਾ ਪਲਸਤਰ ਵੇਖਦਾ ਏ ਜਾਂ ਖੈਰ ਦੀ ਜਗ੍ਹਾ ਤੇ ਸ਼ਰਦ ਦਾ ਗ੍ਰਾਫ ਉੱਚਾ ਹੁੰਦਾ ਵੇਖਦਾ ਏ ਤੇ ਉਹਦੇ ਲਫ਼ਜ਼ ਗ਼ਜ਼ਲ ਦਾ ਰੂਪ ਵਟਾ ਕੇ ਸੌਂਟ ਤੇ ਅਮਲ ਦੇ ਇਸ ਤਕਾਜ਼ੇ ਦੇ ਖਿਲਾਫ਼ ਇਤਜਾਜ ਬਣ ਜਾਂਦੇ ਨੇ ਇਸ ਤਜ਼ਾਦ ਦਾ ਇਸ ਤਜ਼ਾਦ ਦਾ ਜੇ ਅਸੀਂ مزید ਤਰਜ਼ੀਆ ਕਰੀਏ ਤੇ ਸਾਨੂੰ ਇਹਦੇ ਵਿੱਚੋਂ ਕਈ ਸ਼ਾਖਾ ਫੁੱਟਦੀਆਂ ਹੋਈਆਂ ਵੀ ਬਖਾਲੀ ਦਿੰਦੀਆਂ ਨੇ। ਮਿਸਾਲ ਦੇ ਤੌਰ ਤੇ ਬੰਦੇ ਦੇ ਜ਼ਾਹਿਰ ਤੇ ਬਾਤਨ ਦੇ ਤਜ਼ਾਦੀ ਗੱਲ ਹੀ ਸਾਹਮਣੇ ਆ ਜਾਂਦੀ ਏ। ਇਹਦੇ ਵਿੱਚ ਦੋਸਤ ਨੁਮਾ ਦੁਸ਼ਮਣ, ਰਹਿਬਰ ਦੇ ਰੂਪ ਵਿੱਚ ਜ਼ਾਹਿਰ ਹੋਣ ਵਾਲੇ ਲਟੇਰੇ, ਸੱਚ ਦੀ ਤਲਕੀਨ ਕਰਨ ਵਾਲੇ ਝੂਠੇ, ਸਾਦਗੀ ਦੇ ਚੋਲੇ ਵਿੱਚ ਲੁਕੇ ਹੋਏ ਮਕਾਰ ਉਹ ਦੋ ਸਹਿਤਿਹਤਦਾਰ ਜਾਂ ਅਹਿਬਾ ਵੀ ਨਜ਼ਰ ਆ ਜਾਂਦੇ ਨੇ ਜ਼ਾਹਿਰਦਾਰ ਤੇ ਇਹੋ ਜੇ ਹੋਰ ਕਈ ਵੀ کردار ਸਾਹਮਣੇ ਆਂਦੇ ਨੇ ਜਿਨ੍ਹਾਂ ਦਾ ਵਾਲ ਵਾਲ लोभ लालचाती मुनाफकत और विच हुंदा है। पर वो अपना असली चेहरा हमेशा यानी कि मतलब इंसान सिर्फ अपनी खशामत सुन के खुश हो जाता है लेकिन वो यही समझ रहा होंगे कि यह जी खसामत कर रहे हैं या जो करदार होर्द गिर्द फिर रहे हैं किरदार उरे संघी साथी नहीं है सगो अपने मतलब और मन अः फायदा जुड़े हुए ने ਜੀ ਤੇ ਜਿਹੜਾ ਸ਼ਾਇਰ ਹੈ ਵੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮਾਸਰੇ ਦੇ ਵਿੱਚ ਇਹੋ ਜਿਹੇ ਜਿਹੜੇ ਮਸਾਇਲ ਹੈ ਨੇ ਉਹਨਾਂ ਨੂੰ ਉਹ ਨਿਸ਼ਾਨਦਹੀ ਕਰੇ ਔਰ ਜੂਠ ਔਰ ਸੱਚ ਦੀ ਜਿਹੜੀ ਕਾਫੀਅਤ ਹੈ ਵੇ ਉਹਨੂੰ ਬਿਆਨ ਕਰੇ ਇਹਦੇ ਇਲਾਵਾ ਮਾਸ਼ਰੇ ਦੇ ਵਿੱਚ ਜਿਹੜੀ ਫੈਲੀ ਨਫਸਾ ਨਫਸੀਏ اخਲਾਕੀ ਕਦਰਾਂ ਦੀ ਗਰਾਵਟ ਹੋ ਗਈ ਹੈ ਬੁਰਾਈ ਦੀ ਨਿੰਦਿਆ ਕਰਨਾ ਸ਼ਾਇਦ ਦਾ ਕੰਮ ਹੈ ਵੇ ਜੂਠ ਨੂੰ ਬੁਰਾਈ ਨੂੰ ਨਫਸਾ ਨਫਸੀ ਨੂੰ ਆਪਾਧਾਪੀ ਨੂੰ ਮਾਰਦਾਰ ਨੂੰ ਔਰ ਇਹ ਜਿਹੜਾ ਜੰਗਲ ਦਾ ਕਾਨੂੰਨ ਅੱਜਕਲ ਸਾਡੇ ਮਾਸ਼ਰੇ ਵਿੱਚ ਆ ਚੁੱਕਿਆ ਹੋਵੇ ਉਹਦੇ ਬਾਰੇ ਵੀ ਗ਼ਜ਼ਲ ਦੇ ਵਿੱਚ ਜਾਂ ਨਜ਼ਮ ਦੇ ਵਿੱਚ ਉਹ ਨਾ ਖਿਆਲ ਬਿਆਨ ਕਰ ਰਿਹਾ ਹੁੰਦਾ ਵੇ ਅੱਛਾ ਅੱਜ ਕੱਲ ਇੱਕ ਨਵੇਂ ਅਹਿਦ ਦੀ ਇੱਕ ਹੋਰ ਪ੍ਰੋਬਲਮ ਜਿਹੜੀ ਸਾਡੇ ਸਾਹਮਣੇ ਆਂਦੀ ਪਈ ਏ ਉਹ ਵੀ ਜੀ ਸਮਾਜੀ ਰਿਸ਼ਤੇਦਾਰੀਆਂ ਜਾਂ ਸਮਾਜੀ ਰابطੇ ਸਾਡੇ ਸਮਾਜੀ ਰابطੇ ਦਿਨ ਬਦਿਨ ਕਮਜ਼ੋਰ ਹੁੰਦੇ ਜਾ ਰਹੇ ਨੇ ਔਰ ਟੁੱਟਦੇ ਜਾ ਰਹੇ ਨੇ ਤੇ ਪੰਜਾਬੀ ਗਜ਼ਲ ਦੇ ਸ਼ਾਇਰਾਂ ਨੇ ਜਿਵੇਂ ਜਿਵੇਂ ਤਰੱਕੀ ਹੋਈ ਏ ਔਰ ਉਹਦੇ ਨਾਲ ਫੈਲੀਆਂ ਜਿਹੜੀਆਂ ਪ੍ਰੋਬਲਮਸ ਸਾਹਮਣੇ ਆਂਦੀਆਂ ਨੇ ਜਾਂ ਮਸਾਇਲ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੋਵੇ ਨਵੀਂ ਅਹਦ ਨੇ ਜਿੱਥੇ ਸਾਨੂੰ ਤਰੱਕੀਆਂ ਦਿੱਤੀਆਂ ਜਿੱਥੇ ਸਾਨੂੰ ਉਹਨੇ ਸੰਤੀ ਇਨਕਲਾਬ ਦਿੱਤਾ ਉਥੇ ਸਾਨੂੰ ਕਾਫੀ ਦੁੱਖਾਂ ਦੇ ਵਿੱਚ ਵੀ ਮੁਫਤਲਾ ਕਰ ਦਿੱਤਾ ਸਭ ਤੋਂ ਪਹਿਲੇ ਅਸੀਂ ਆਪਣੇ ਸਮਾਜਿਕ ਰابطਿਆਂ ਵਿੱਚ ਇੰਨੇ ਕੱਲੇ ਹੋ ਗਏ ਹਾਂ ਕਿ ਸਾਡੇ ਜ਼ਿੰਦਗੀਆਂ ਵਿੱਚ ਅਗਲਾਪੇ ਦਾ ਇੱਕ ਵੱਡਾ ਸਮੁੰਦਰ ਸਮਝ ਲਓ ਉਮੜ ਆਇਆ ਹੋਵੇ ਠੀਕ ਹੈ ਬੇਸ਼ੱਕ ਸਾਨੂੰ ਸਭ ਕੁਝ ਮਿਲਦਾ ਵੇ ਲੇਕਿਨ ਹੁਣ ਅਸੀਂ ਇਕਲਾਪੇ ਦੀ ਉਸ ਕਾਫੀਅਤ ਵਿੱਚ ਚਲੇ ਗਏ ਆ ਜਿਹੜਾ ਸਾਡੇ ਅੰਦਰ ਵੀ ਵਸਦਾ ਵੇ ਹੁਣ ਇਨਸਾਨ ਉਹ ਮਜਲਿਸਾਂ ਚੋਪਾਲਾਂ ਔਰ ਉਹ ਸਾਰੇ ਵੇੜੇ ਜਿਹੜੇ ਹੈ ਸਨ ਜਾਂ ਤੁਸੀਂ ਸਮਝ ਲੋ ਟਾਲੀਆਂ ਸਨ ਉਹਨਾਂ ਦੇ ਥੱਲੇ ਬੈਠਨ ਵਾਲੇ ਲੋਕ ਜਿਹੜੇ ਸਨ ਉਹ ਭਾਵੇਂ ਬਹੁਤ ਜ਼ਿਆਦਾ ਫੈਸ਼ਨੇਬਲ ਜਾਂ ਤਰੱਕੀ ਪਸੰਦ ਨਹੀਂ ਸਨ ਲੇਕਿਨ ਉਹ ਇੱਕ ਦੂਸਰੇ ਨਾਲ ਪਿਆਰ ਔਰ ਮੁਹੱਬਤ ਦਾ ਜਜ਼ਬਾ ਰੱਖਦੇ ਸਨ اخلاقی لحاظ ਨਾਲ ਲੋਕ ਬਹੁਤ ਉੱਚੀ ਪਦਰ ਦੇ ਉੱਤੇ ਬੈਠੇ ਹੋਏ ਸਨ ਤੇ ਸ਼ਾਇਰ ਵੀ ਐਸੇ ਤਰ੍ਹਾਂ ਮਾਸਰੇ ਦੇ ਵਿੱਚ ਆਪਣੇ ਲਫ਼ਜ਼ਾਂ ਰਾਹੀਂ ਆਪਣੇ ਸ਼ੇਰਾਂ ਦੇ ذریعے ਅਮ ਇਹੋ ਜੀਆਂ ਬੁਰਾਈਆਂ ਦੀ ਜਿਹੜੀ اخلاਕੀ ਕਦਰਾਂ ਨੂੰ ਖਾਂਦੀਆਂ ਜਾ ਰਹੀਆਂ ਨੇ ਉਹਦੀ ਨਿੰਦਿਆ ਕਰਦਾ ਨਜ਼ਰ ਆਂਦਾ ਤੇ ਉਹਦੇ ਜਿਹੜੇ ਸ਼ੇਅਰ ਹਨ ਉਹ ਉਹਦੀ ਇਕਾਸੀ ਕਰ ਦਿੰਦੇ ਨੇ ਗ਼ਜ਼ਲ ਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਹੁਣ ਮਜ਼ਮੂਨ ਜਿਹੜਾ ਵੇ ਉਹਨੂੰ ਦੇਖੋਗੇ ਕਿ ਉਹ ਸਮੁੰਦਾ ਜਾ ਰਿਹਾ ਵੇ ਗ਼ਜ਼ਲ ਦੇ ਵਿੱਚ ਹਰ ਲਿਹਾਜ਼ ਨਾਲ ਸ਼ਾਇਰ ਜਿਹੜਾ ਹੈ ਵੇ ਹਰ ਮਜ਼ਮੂਨ ਨੂੰ ਕੋਸ਼ਿਸ਼ ਕਰਦਾ ਵੇ ਕਿ ਉਹਨੂੰ ਵੀ ਸ਼ਾਮਿਲ ਕਰੀਏ ਹੁਣ ਗ਼ਜ਼ਲ ਸਿਰਫ ਰੋਮਾਨੀਅਤ ਜਾਂ ਰੋਮਾਨੀ ਸੋਚ ਦਾ ਨਾਂ ਨਹੀਂ ਰਹਿ ਗਈ ਗ਼ਜ਼ਲ ਬਲਕਿ उन एक पूरा अपना मज़मून रखती है अपनी एक सोच रखती है अपनी अजहार है जरिए अजहार है जिदेज माशरती लिहाज न बहुत कुछ साढ़े शायर लिख रहे हैं इखलाकी लिहाज के नायर को बहुत ज़्यादा मामलात नज़र आते हैं ये अलावा जोड़े रिश्तेदारी मामलात हैं अपने दोस्तों के अहबाब दे और मुल्की लिहाज नाल भी शायर कैफियता मिल आज दे के कोल एरिया कैफियत मिलती ने नहीं कह सकते कि जी वे वह सिर्फ और सिर्फ प्यारों मुहबत या इश्को आश्की के किस बयान वास्त लिखी जाती है बल्कि यह माशरत होने वाले डाढ़े जुल्मों सितम और नाहक के खिलाफ भी आवाज़ बुलंद करती हुई नज़र आती है ਤੋ ਐਸੀ ਤਰ੍ਹਾਂ ਤੁਸੀਂ ਦੇਖੋਗੇ ਮੁਖਲਿਫ ਜਿਹੜੇ ਸ਼ਾਇਰ ਹਨ ਉਹਨਾਂ ਨੇ ਆਪਣੇ ਲਿਹਾਜ਼ ਦੇ ਨਾਲ ਗੱਲ ਕੀਤੀ ਹੈ ਤੇ ਹਰ ਸ਼ਾਇਰ ਦੇ ਕੋਲ ਸਾਨੂੰ ਜਦੋਂ ਅਸੀਂ ਗ਼ਜ਼ਲ ਦੇ ਸ਼ਾਇਰ ਨੂੰ ਵੇਖਨੇ ਆ ਤਾਂ ਬੜੀ ਖੂਬਸੂਰਤ ਸੋਚ ਸਾਡੇ ਸਾਹਮਣੇ ਨਜ਼ਰ ਆਂਦੀ ਔਰ ਹਰ ਸ਼ਾਇਰ ਆਪਣੇ ਨਵੇਕਲੇ ਲਫ਼ਜ਼ਾਂ ਦੇ ਨਾਲ ਮਾਸਰੇ ਦੇ ਕੋਝ ਨੂੰ ਦੀ ਨਿੰਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੁੰਦਾ ਵੇ ਤੇ ਇਹਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਨਾਂ ਆਂਦਾ ਹੋਵੇ ਉਹ ਤੇ ਪੀਰ ਫਜ਼ਲ ਗੁਜਰਾਤੀ ਹੋ ਰਹੰਦਾ ਆ ਰਿਹਾ ਹੋਵੇ ਲੇਕਿਨ ਉਹਦੇ ਇਲਾਵਾ ਹੋਰ ਸ਼ਾਇਰਾਂ ਨੇ ਵੀ ਮੁਖਤਲਫ ਅਦਵਾਰ ਵਿੱਚ ਆਪਣੇ ਲਿਹਾਜ਼ ਨਾਲ ਸ਼ਾਇਰੀ ਕੀਤੀ ਹੈ ਜਿਵੇਂ ਸਲੀਮ ਕਾਸ਼ਰ ਤੁਸੀਂ ਦੇਖ ਲਓ ਆਰਿਫ ਅਬਦੁਲ ਮਨਜ਼ੂਰ ਤੇ ਆਰਿਫ ਅਬਦੁਲ ਮਤੀਨ ਤੁਸੀਂ ਦੇਖ ਲਓ ਮਨਜ਼ੂਰ ਵਜ਼ੀਰਾਬਾਦੀ ਦਾ ਨਾਂ ਆਂਦਾ ਹੋਵੇ ਰੌਫ ਸ਼ੇਖ ਦਾ ਨਾਂ ਆਂਦਾ ਹੋਵੇ ਤੇ ਇਸ ਤਰ੍ਹਾਂ ਬਹੁਤ ਹੋਰ ਸ਼ਾਇਰ ਵੀ ਨੇ ਜਿਨ੍ਹਾਂ ਨੇ ਅਮ ਐਸਿੰਸ ਦੇ ਵਿੱਚ ਕਾਫੀ ਖੂਬਸੂਰਤ ਕੰਮ ਕੀਤਾ ਹੋਇਆ ਪਿੰਡਾਂ ਤੇ ਸ਼ਹਿਰਾਂ ਦੀ ਸੱਭਿਆਚਾਰ ਦੇ ਲਿਹਾਜ਼ ਨਾਲ ਵੀ ਸਾਨੂੰ ਕਾਫੀ ਸ਼ਾਇਰੀ ਲੱਭਦੀ ਹੈ